देख रहे हो एक्सक्लूसिव तस्वीर ਤੁਹਾਡੇ ਤੱਕ ਪਹੁੰਚਾ ਰਿਹਾ ਲਿਵਿੰਗ ਇੰਡੀਆ ਨਿਊਜ਼। ਤਸਵੀਰਾਂ ਦੇ ਵਿੱਚ ਸਾਫ ਜ਼ਾਹਿਰ ਹੈ ਕਿ ਕਿੰਨੀ ਬੁਰੀ ਤਰੀਕੇ ਦੇ ਨਾਲ ਭਿਆਨਕ ਤਰੀਕੇ ਦੇ ਨਾਲ ਇਹ ਅੱਗ ਲੱਗੀ ਹੈ। ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਿਆ ਹੋਇਆ ਹੈ ਜਿਸ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਬਾੜ ਦਾ ਸਮਾਨ ਸੜ ਕੇ ਇੱਥੇ 12 ਲੱਖ ਦਾ ਸਵਾਹ ਹੋ ਗਿਆ। ਇਹ ਟਰੱਕ ਸ਼ਾਇਦ ਸੜ ਰਿਹਾ ਹੈ, ਤਸਵੀਰਾਂ ਜ਼ਾਹਿਰ ਕਰ ਰਹੀਆਂ ਨੇ। ਅੱਗ ਕਿਉਂ ਲੱਗੀ, ਕਾਰਨ ਕੀ ਰਿਹਾ, ਇਹ ਤਾਂ ਜਾਣਨ ਦੀ ਖੈਰ ਕੋਸ਼ਿਸ਼ ਕਰਾਂਗੇ, ਪਰ ਫਿਲਹਾਲ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ। ਦੇਰ ਰਾਤ ਹੀ ਅੱਗ ਲੱਗੀ। ਅੱਗ ਦੀ ਗੱਲ ਕਰੀਏ ਤਾਂ ਵੱਖੋ ਵੱਖ ਇਲਾਕਿਆਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ, ਫਿਰ ਚਾਹੇ ਉਹ ਹਰਿਆਣਾ ਹੋਵੇ, ਭਾਵੇਂ ਪੰਜਾਬ ਹੋਵੇ ਅਤੇ ਭਾਵੇਂ ਹੋਰ ਕੋਈ ਵੀ ਇਲਾਕਾ ਹੋਵੇ। ਗਰਮੀ ਦਾ ਮੌਸਮ ਹੈ, ਗਰਮੀ ਕਾਰਨ ਵੱਖੋ ਵੱਖ ਥਾਈਂ ਅੱਗ ਦੀਆਂ ਖਬਰਾਂ ਸਾਹਮਣੇ ਆ ਰਹੀਆਂ। ਅਤੇ ਹੁਣ ਤਾਜ਼ੀ ਖਬਰ ਲੁਧਿਆਣਾ ਤੋਂ ਸਾਹਮਣੇ ਆਈ, ਜਿੱਥੇ ਕਬਾੜ ਦੀ ਦੁਕਾਨ ਦੇ ਵਿੱਚ ਅੱਗ ਲੱਗੀ ਹੈ। ਲੱਖਾਂ ਦਾ ਸਮਾਨ ਇੱਥੇ ਵੀ ਸੜ ਕੇ ਸਵਾਹ ਹੋ ਗਿਆ। ਟੈਂਕੀ ਦੇ ਕੋਲ ਕਬਾੜ ਦੇ ਗੋਦਾਮ ਨੂੰ ਅੱਗ ਲੱਗੀ ਹੈ। ਅਸੀਂ 6 ਗੱਡੀਆਂ ਲੈ ਕੇ ਇੱਥੇ ਪਹੁੰਚੇ ਹਾਂ ਅਤੇ ਅੱਗ 'ਤੇ ਕਾਬੂ ਪਾਇਆ। ਹਵਾ ਤੇਜ਼ ਹੋਣ ਦੇ ਕਾਰਨ ਅੱਗ ਜਿਹੜੀ ਹੈ ਕਾਫੀ ਫੈਲ ਗਈ ਸੀ, ਔਰ ਨਾਲ ਦਾ ਜਿਹੜਾ ਗੋਡਾਊਨ ਹੈ ਇਹਦੇ ਵਿੱਚ ਵੀ ਫੈਲ ਸਕਦੀ ਸੀ। ਜਿਹੜੀ ਸਭ ਤੋਂ ਪਹਿਲੇ ਅਸੀਂ ਉਸ ਗੋਡਾਊਨ ਨੂੰ ਬਚਾਇਆ, ਹੁਣ ਅੱਗ ਤਕਰੀਬਨ ਬੁਝ ਚੁੱਕੀ ਹੈ, ਸਿਰਫ ਧੂੰਆਂ ਨਿਕਲਦਾ ਪਿਆ, ਉਹਨੂੰ ਠੰਡਾ ਕਰਦੇ ਪਏ ਹਾਂ। ਲੱਗੀ